फतेहगढ़ साहब के पिंड खरे विच मौजूद आ जिथे कि वोटां नूं लैके थोड़ी तकरारबाजी देखण नूं मिल रही है। गलबात कर लैंदे आ, पिंड वाले इकट्ठे होए ने ते दोष लगाए जा रहे ने। आम आदमी पार्टी की सरकार है ते सरकार ते दोष जिहड़े पिंड वाले वसों लगाए जा रहे ने। सति श्री अकाल जी भाई, की नाम है जी तुहाडा? मेरा नाम जसवंत सिंह। की मसला जी, क्यों क्यों मतलब कट दिता है? पहला तां इन्हां ने कागज साडे रिजेक्ट कराए भरे पए सरपंची और पंची दे, फिर जिहड़े दो साडे पंच मौके ते खड़े थे उन्होंने जाली वोटां बंजियां दीआं बना के रातों रात लिस्ट बना के जाली वोटां मतलब भुगताईआं। जाली किवें? पहला लिस्ट कोई होर सी जी? पहला लिस्ट सवेरे होर थी, जदे शाम दो बजे होर आ गई, होर लिस्ट आ गई। तुसीं इत्थे कोई संबंधित अधिकारी नाल गलबात कीती? हां, करी साडे धक्के बारे साडा बुरा हाल करता। किन्हां ने धक्के मारे ने? पुलिस वालिआं ने। अच्छा, की कहंदे ओ? कहंदे तुसीं चलो बाहर, गेट दे बाहर चलो, अंदर नहीं वड़ना तुसीं। उन्हां दे बंदिआं नूं अंदर वाड़िआ, छरेआम नाले वोटां पवाईआं उन्हां ने। ਤੁਸੀਂ ਜਾਲੀ ਲਿਸਟ ਕਿਵੇਂ ਹੋ ਕਹਿੰਦੇ ਉਹਨੂੰ, ਕਿਵੇਂ ਕਹਿ ਸਕਦੇ ਹੋ ਜਾਲੀ ਲਿਸਟ? ਜਾਲੀ ਸਾਡੇ ਕੋਲ ਬਈਆਂ ਦੀਆਂ ਵੋਟਾਂ ਬਣੀਆਂ ਪਈਆਂ ਨੇ, ਸਾਡੇ ਕੋਲ ਮੌਜੂਦ ਨੇ। ਅੱਛਾ, ਤੁਹਾਡੇ ਕੋਲ ਲਿਸਟ ਹੈਗੀ? ਉਹ ਹੈਗੀ ਸਾਡੇ ਕੋਲ, ਜਿਹੜੀ ਅੰਦਰੋਂ ਮੈਂ ਜਿਹੜੀ ਪਹਿਲੀ ਲਿਸਟ ਬਣੀ ਹੋਈ ਤੁਹਾਡੇ ਕੋਲ ਹੈਗੀ ਹੈ ਜੀ? ਹਾਂ, ਉਹ ਵੀ ਹੈਗੀ ਆ, ਦੇਖੋ ਆ, ਦੇਖੋ ਆ ਜਿਹੜੀਆਂ ਬਈਆਂ ਦੀਆਂ ਜਾਲੀ ਵੋਟਾਂ ਨੇ ਆ ਦੇਖੋ। ਸੋ ਜਿਹੜੀ ਪਹਿਲੀ ਲਿਸਟ ਹੈ ਇਹ ਜਸਵੰਤ ਜੀ ਨੇ, ਇਹਨਾਂ ਕੋਲ ਖਾਰੇ ਪਿੰਡ ਤੋਂ ਜਸਵੰਤ ਜੀ ਨੇ, ਆ ਬਈਆਂ ਦੀਆਂ ਵੋਟਾਂ ਬਣੀਆਂ ਨੇ ਬਕਾਇਦਾ। ਇਹ ਕਦੋਂ ਬਣੀਆਂ ਨੇ? ਪਹਿਲਾਂ ਨਹੀਂ ਬਣੀਆਂ ਕਿ ਹੁਣ ਬਣੀਆਂ ਨੇ? ਬਣੀਆਂ ਨੇ ਰਾਤੋਂ ਰਾਤ। ਇਹ ਕਿੰਨੀਆਂ ਕਿੰਨੀਆਂ ਵੋਟਾਂ ਨੇ ਟੋਟਲ? 35 ਵੋਟਾਂ ਬਣੀਆਂ ਨੇ ਰਾਤੋਂ ਰਾਤ। ਇਹ 35 ਵੋਟਾਂ ਜਿਹੜੀਆਂ ਬਣੀਆਂ, ਦੱਸਿਆ ਯਾਰ, ਇਸ ਤੋਂ ਪਹਿਲਾਂ ਜਿਹੜੀ ਲਿਸਟ ਜੋ ਚ ਇਹ ਹੈ ਨਹੀਂ ਸੀ? ਨਾ, ਉਹਦੇ ਚ ਕੋਈ ਵੋਟ ਨਹੀਂ ਸੀ, ਇਹ ਰਾਤੋਂ ਰਾਤ ਆਈਆਂ ਨੇ ਬਣ ਕੇ। ਫਿਰ ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਆ ਵੀ ਦੁਬਾਰਾ ਇਹ ਇਲੈਕਸ਼ਨ ਹੋਵੇ ਤੇ ਟੋਟਲ ਜਿਹੜੀ ਪਿੰਡ ਦੀ ਟੋਟਲ ਵੋਟ ਕਿੰਨੀ ਹੈ ਜੀ? 250 ਵੋਟ ਆ। 250 ਵੋਟ ਆ ਤੇ ਕਿੰਨੀ ਜਾਲੀ ਤੁਸੀਂ ਕਹਿ ਰਹੇ ਹੋ? 35 ਵੋਟਾਂ ਦਾ ਜਾਲੀ ਪਾਈਆਂ ਨੇ ਇਹਨਾਂ ਨੇ ਪੰਚੀ ਚ। ਅੱਛਾ, ਪੰਚੀ ਚ? ਹਾਂ, ਪੰਚੀ ਚ, ਸਰਪੰਚੀ ਦੇ ਤਾਂ ਕਾਗਜ਼ੇ ਰੱਦ ਕਰਾਤੇ ਇਹਨਾਂ ਨੇ। ਅੱਛਾ, ਸਰਪੰਚੀ ਦੇ ਕਾਗਜ਼ੇ ਰੱਦ ਕਰਾਤੇ? ਹਾਂ, ਸਰਪੰਚੀ ਦੇ ਵੀ ਇੱਕ ਪੰਚੀ ਦੇ ਪੰਜ ਨੰਬਰ ਵਾਰਡ ਚ। ਅੱਛਾ, ਉਹ ਰੱਦ ਕਰਵਾਏ ਨੇ? ਇਹਨੇ ਰੱਦ ਕਰਾਏ ਨੇ ਤੇ ਦੋਸ਼ ਲਾ ਕੇ ਸਾਡੇ ਤੇ ਝੂਠੇ, ਸਾਨੂੰ ਕੋਈ ਉੱਥੇ ਬੁਲਾਇਆ ਨਹੀਂ। ਨਹੀਂ, ਦੋਸ਼ ਕਾਹਦੇ ਦੋਸ਼ ਲਾਏ ਇਹਨੇ? ਉਹ ਵੀ ਇਹਨਾਂ ਨੇ ਆਹ ਬਣਾਇਆ ਪਿਆ ਦਰਵਾਜ਼ੇ ਦੇ ਮੂਹਰੇ, ਕੋਈ ਸਾਨੂੰ ਮੌਕੇ ਤੇ ਪਤਾ ਹੀ ਨਹੀਂ ਵੀ ਕੀ ਦੋਸ਼ ਲਾਏ ਨੇ। ਅੱਛਾ ਜੀ, ਕਿ ਰੈਂਪ ਦਾ ਸਾਰੇ ਦੋਸ਼ ਲਗਾਏ? ਹਾਂ, ਰੈਂਪ ਦਾ, ਕਾਨੂੰਨ ਤੇ ਲੱਗਦਾ। ਕੀ ਨਾਮ ਹੈ ਵੀਰ ਜੀ ਤੁਹਾਡਾ? ਗਗਨਦੀਪ ਸਿੰਘ ਜੀ। ਕਿਹੜੇ ਪਿੰਡ ਤੋਂ? ਖਰਿਆ ਪਿੰਡ ਤੋਂ। ਖਰਿਆ ਪਿੰਡ ਤੋਂ ਕੀ ਹੋਇਆ ਇੱਥੇ ਜਿਹੜਾ ਤੁਸੀਂ ਵਿੱਚ? ਇੱਥੇ ਵੀਰੇ ਜਾਲੀ ਵੋਟਾਂ ਪੈ ਰਹੀਆਂ ਨੇ ਬਈਆਂ ਦੀਆਂ, ਜਿਹੜੀ ਪਹਿਲਾਂ ਲਿਸਟ ਸੋਚੀ ਤੇ ਉਹਦੇ ਵਿੱਚ ਨੌ ਨਹੀਂ ਤੇ ਬਈਆਂ ਦੇ, ਜਿਹੜੇ ਦੁਬਾਰੋ ਪਵਾਏ ਗਏ ਨੇ। ਜਿਹੜੀ ਪਹਿਲਾਂ ਲਿਸਟ ਜਾਰੀ ਹੋਈ ਸੀ ਟੋਟਲ ਕਿੰਨੀ ਵੋਟ ਸੀ ਉਹ ਚ? ਉਹ ਚ 54 ਵੋਟਾਂ ਦੀਆਂ। ਅੱਛਾ, 54 ਵੋਟਾਂ ਸੀ ਤੇ ਹੁਣ ਜਿਹੜੀ ਨਵੀਂ ਲਿਸਟ ਜਿਹੜੀ ਜਾਰੀ, ਉਹ ਕਿੰਨੀ ਦੇਰ ਬਾਅਦ ਹੋਈ ਹੈ ਲਿਸਟ ਜਾਰੀ ਜਿਹੜੀ ਹੁਣ? ਇਹ 2 ਵਜੇ ਤੋਂ ਬਾਅਦ। ਅੱਛਾ, 2 ਵਜੇ ਤੋਂ ਬਾਅਦ ਹੋਈ ਆ। ਕੀ ਲੱਗ ਰਿਹਾ ਸੀ ਵੀ ਉਹ ਦੂਜੀ ਪਾਰਟੀ ਨੂੰ ਕੀ ਲੱਗ ਰਿਹਾ ਸੀਗਾ? ਡਰਤੀ ਉਹਨਾਂ ਨੂੰ ਹਾਰਨ ਦੇ, ਹੋਰ ਕਾਹਦੇ ਡਰ? ਹਾਰਨ ਦੇ ਡਰ ਕੇ ਜਾਲੀ ਵੋਟਾਂ ਬਣਾਈਆਂ। ਜਾਲੀ ਪੁਲਿਸ ਵਾਲਿਆਂ ਨੇ ਪਾਈਆਂ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ, ਸੁਰਿੰਦਰ ਸਿੰਘ। ਕਿਵੇਂ, ਕੀ ਹੋਇਆ ਜੀ ਇੱਥੇ ਪਿੰਡ ਜਿਹੜਾ ਤੁਸੀਂ ਇਕੱਠ ਕੀਤਾ ਹੈ ਜੀ? ਪਿੰਡ 'ਚ ਬਈਆਂ ਦੀਆਂ ਵੋਟਾਂ ਪੈ ਰਹੀਆਂ ਨੇ। ਕਿਹਨਾਂ ਨੇ ਬਣਾਈਆਂ ਨੇ ਜੀ? ਇਹ ਹੁਣ ਬਣਾਈਆਂ ਐਸਡੀਐਮ ਤੋਂ ਬਣ ਕੇ ਆਉਂਦੀ ਨਾ, ਸਹੀ ਥੋੜ੍ਹਾ ਬਣਾਈਆਂ ਨੇ। ਨਹੀਂ, ਉਹ ਇੱਥੇ ਦੇ ਰਹਿਣ ਵਾਲੇ ਨੇ ਜਿਹੜੇ ਪ੍ਰਵਾਸੀ ਜਿਹੜੇ ਤੁਸੀਂ ਕਹਿ ਰਹੇ ਹੋ? ਨਹੀਂ ਨਹੀਂ, ਰਹਿੰਦੇ ਨਹੀਂ, ਮੰਡੀ 'ਚ ਰਹਿੰਦੇ ਨੇ। ਅੱਛਾ, ਮੰਡੀ ਰਹਿੰਦੇ ਨੇ। ਨਹੀਂ, ਪਿੰਡ ਫਿਰ ਉਹਨਾਂ ਦੀ ਵੋਟ ਬਣ ਗਈ? ਪੜਾਈ 'ਚ ਫੈਕਟਰੀ 'ਚ ਕੰਮ ਕਰਦੇ ਨੇ। ਨਹੀਂ, ਵੋਟ ਕਿਵੇਂ ਬਣ ਗਈ ਉਹਨਾਂ ਦੀ ਜੀ? ਦੱਸ ਰਹੇ ਨੇ ਵੀ 35 ਵੋਟਾਂ ਨੇ ਤੇ ਸਰਦਾਰ ਜੀ 4-5 ਵੋਟਾਂ ਦੱਸ ਰਹੇ ਨੇ ਤੇ ਆਹ ਜਿਹੜੀਆਂ ਇਹਨਾਂ ਨੇ ਦੱਸੀਆਂ ਨੇ 35 ਵੋਟਾਂ ਦੱਸ ਰਹੇ ਨੇ ਵੀ ਜਿਹੜੀਆਂ ਹੈਗੀਆਂ ਨੇ ਜੀ, ਪਤਾ ਲੱਗਿਆ ਸਾਨੂੰ। ਅੱਛਾ ਜੀ, ਸਾਨੂੰ ਪਤਾ ਹੀ ਨਹੀਂ ਪਿੰਡ ਜਿੰਨੇ ਵੋਟ ਰਹਿੰਦੇ ਨੇ ਬੰਦੇ, ਸਾਨੂੰ ਪਤਾ ਹੀ ਨਹੀਂ, ਦੇਖੇ ਨਹੀਂ ਕਦੇ ਪ੍ਰਵਾਸੀ ਬੰਦੇ, ਦੇਖੇ ਨਹੀਂ, ਦੇਖੇ ਨਹੀਂ ਕਦੇ, ਇਹ ਨਹੀਂ ਦੇਖੇ ਮੈਂ। ਹਾਂ ਜੀ, ਇੱਧਰ ਨੋ ਇੰਟਰਵਿਊ। ਸੋ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਜਾਲੀ ਵੋਟਾਂ ਜਿਹੜੀਆਂ ਬਣਾਈਆਂ ਗਈਆਂ ਨੇ। ਪ੍ਰਸ਼ਾਸਨ ਅਧਿਕਾਰੀ ਵੀ ਇੱਥੇ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ। ਪਿੰਡ ਵਾਲੇ ਜਿਹੜੇ ਨੇ ਉਹਨਾਂ ਨਾਲ ਵੀ, ਜਿਹੜੀਆਂ ਇੱਥੇ ਮਹਿਲਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਤੁਸੀਂ ਜੀ? ਕਿੰਨੀਆਂ ਵੋਟਾਂ ਦੀ ਗੱਲ ਹੋ ਰਹੀ ਹੈ ਜੀ? 35 ਵੋਟਾਂ ਦੀ ਗੱਲ ਹੋ ਰਹੀ ਹੈ। 35 ਵੋਟਾਂ? ਹਾਂਜੀ।
ਤੇ ਹੁਣ ਤੁਸੀਂ ਕੀ ਕਰ ਰਹੇ ਹੋ ਕਿਸੇ ਨੂੰ ਮੰਗ ਮਤਲਬ ਕਿ ਕਿਸੇ ਨੂੰ ਮੰਗ ਕੀਤੀ ਹਾਂਜੀ ਅਸੀਂ ਮੰਗ ਕਰ ਰਹੇ ਹਾਂ ਵੋਟਾਂ ਕੈਨਸਲ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਅਧਿਕਾਰੀ ਨਾਲ ਕਿਸੇ ਨੇ ਸੰਪਰਕ ਕੀਤਾ ਤੁਸੀਂ ਕੋਈ ਸ਼ਿਕਾਇਤ ਨਹੀਂ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਸਾਡੀ ਕੋਈ ਨਹੀਂ ਸੁਣ ਰਿਹਾ ਹੈਗਾ ਸਾਨੂੰ ਪੁਲਿਸ ਵਾਲਿਆਂ ਨੇ ਖੁਦ ਸਾਨੂੰ ਧੱਕੇ ਮਾਰੇ ਸਾਨੂੰ ਮੈਂ ਖੁਦ ਕੈਂਡੀਡੇਟ ਆ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਤੁਹਾਨੂੰ ਵੜਨ ਦਿੱਤਾ ਅੰਦਰ ਕੌਣ ਸੀ ਉਹਨਾਂ ਦੂਸਰੀ ਪਾਰਟੀ ਦੇ ਸੀਗੇ ਬੰਦੇ ਉਹਨਾਂ ਨੇ ਸਾਨੂੰ ਬੈਠ ਕੇ ਹਾਂਜੀ ਪੁਲਿਸ ਵਾਲੇ ਸੀਗੇ ਉਹਨਾਂ ਨੇ ਸਾਨੂੰ ਗੇਟ ਲੋਕ ਕਰਤਾ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਅੰਦਰ ਉਹਨਾਂ ਦੀਆਂ ਵੋਟਾਂ ਕਿਉਂ ਲੋਕ ਖੋਲਤਾ ਉਹਨਾਂ ਨੇ ਲੋਕ ਉਹਨਾਂ ਦੀਆਂ ਵੋਟਾਂ ਖੁਦ ਉਹਨਾਂ ਦੇ ਲੋਕ ਖੋਲ ਕੇ ਪੁਲਿਸ ਵਾਲਿਆਂ ਨੇ ਅੰਦਰ ਪੁਆਈਆਂ ਨੇ ਸਾਨੂੰ ਮੈਨੂੰ ਖੁਦ ਨੂੰ ਨਹੀਂ ਜਾਣ ਦਿੱਤਾ ਉਹਨਾਂ ਨੇ ਮੈਂ ਕਿਹਾ ਮੈਂ ਕੈਂਡੀਡੇਟ ਆ ਮੈਨੂੰ ਅੰਦਰ ਜਾਣ ਦਿਓ ਉਹਨਾਂ ਨੇ ਮੈਨੂੰ ਨਹੀਂ ਜਾਣ ਦਿੱਤਾ ਅੰਦਰ ਸਾਡੇ ਨਾਲ ਧੱਕਾ ਹੋ ਰਿਹਾ ਹੈ ਵੋਟਾਂ ਕੈਨਸਲ ਹੋਣੀਆਂ ਚਾਹੀਦੀਆਂ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਅਧਿਕਾਰੀ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਿ ਇੱਥੇ ਡਿਊਟੀ ਤੇ ਮੌਜੂਦ ਨੇ ਉਹਨਾਂ ਨੇ ਕਹਿਣਾ ਹੈ ਕਿ ਵੀ ਕਿਸੇ ਨੂੰ ਵੀ ਧੱਕੇ ਬਾਜੀ ਨਹੀਂ ਕੀਤੀ ਗਈ ਤੇ ਜਿਹੜੀ ਲਿਸਟ ਬਾਰੇ ਵੀ ਕੋਈ ਇਹੋ ਜਿਹੀ ਕੋਈ ਲਿਸਟ ਦੀ ਕੋਈ ਗੱਲਬਾਤ ਨਹੀਂ ਜਦਕਿ ਜਿਹੜੇ ਮੌਜੂਦਾ ਪੰਚਾਇਤ ਆ ਉਹ ਪਿੰਡ ਦੇ ਹੋਰ ਨਿਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਦੁਪਹਿਰ 2 ਵਜੇ ਤੋਂ ਬਾਅਦ ਜਿਹੜੀ ਪਹਿਲੀ ਲਿਸਟ ਸੀ ਉਹਨੂੰ ਚੇਂਜ ਕਰਕੇ 35 ਪ੍ਰਵਾਸੀ ਭਰਾਵਾਂ ਦੀਆਂ ਵੋਟਾਂ ਜਿਹੜੀਆਂ ਨੇ ਹੋਰ ਬਣਾ ਕੇ ਧੱਕੇਸ਼ਾਹੀ ਮੌਜੂਦਾ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਅਜੀਤ ਵੈਬ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ।